ਮੇਰੇ ਨਾਲ ਹੋ ਗਏ। ਮੈਂ ਤੁਹਾਡੀ ਭੈਣ ਸ਼ਾਜ਼ੀਆ ਤੇ ਤੁਹਾਡਾ ਵਲੌਗ ਆਮਨਾ ਸ਼ਹਿਜ਼ਾਦੀ ਸਾਸੀ ਤੇ ਆਦਾ ਵਲੌਗ ਸ਼ੁਰੂ ਕਰਦੇ ਹਾਂ। ਤੇ ਦੇਖੋ ਮਾਸ਼ਾਅੱਲਾ ਮੌਸਮ ਕਿੰਨਾ ਪਿਆਰਾ ਬਿਹਤਰੀਨ ਆ। ਵਧੀਆ ਸੁਬਹ ਬਣਿਆ ਹੋਇਆ, ਰਾਤ ਨੂੰ ਬਾਰਿਸ਼ ਆਈ ਸੀਗੀ। ਦੇਖੋ ਕਿੰਨਾ ਪਿਆਰਾ ਮਾਸ਼ਾਅੱਲਾ ਮੌਸਮ ਬਣਿਆ ਹੋਇਆ ਵਾ। ਤੇ ਅਸੀਂ ਅੱਜ ਉੱਪਰ ਆਏ ਹੋਏ ਹਾਂ ਤੇ ਮੈਂ ਕਿਹਾ ਚਲੋ ਅੱਜ ਉੱਪਰ ਨੂੰ ਸੈਰ ਕਰਕੇ ਆਉਂਦੇ ਤੇ ਸਾਹਮਣੇ ਥਾਪੀਆਂ ਥੱਪੀਆਂ ਪੀਆ ਨੇ ਆਓ ਤਾਂ ਖਾਂਦੇ ਹਾਂ। ਦੇਖੋ ਆਹ ਥਾਪੀਆਂ ਵਾ ਤੇ ਉੱਧਰ ਵੀ ਪਾਤੀਆਂ ਥੱਪੀਆਂ ਪੀਆ ਵਾ। ਇੱਥੇ ਪਕੜ ਲੈ ਜਾਓ ਜੀ ਸ਼ਾਰ ਮਾਸ਼ ਜੀ ਸ਼ਾਰੂ ਸਾਡੇ ਨਾਲ ਆ, ਇਹਨਾਂ ਨੂੰ ਨੌਕਰ ਲੈ ਕੇ ਆਈ ਹੋਈ ਸੀ ਤੇ ਹੁਣ ਨਾ ਮੇਰੇ ਨਾਲ ਸੀਗੀ, ਕਹਿੰਦੀ ਮੈਂ ਬਿਸਮਿਲਾ ਕੋਲ ਨਹੀਂ ਜਾਣਾ। ਨਹੀਂ ਨਹੀਂ ਮਾਂ ਮਾਂ ਕਹੀ ਜਾਂਦੀ ਆ ਚਾਹ ਤੁਹਾਨੂੰ ਇੱਧਰ ਹੀ ਥਾਪੀਆਂ ਲਿਖਾਉਂਦੀ ਆ। हेलो बोलो, हेलो दिलाफिस करना। और जी ये हमारी देखो माशाल्लाह बहुत प्यारी है मेरी मैक्सी आ। आई मेरी यार भैन है अमना छोटी, तुसी देखी होनी है व्लॉग च किन्नी वे दफा आई आ। आज मैं उनके वास्ते ड्रेस ले गया, देखो पाउच माशाल्लाह कितना प्यारा नाल बनया है, मैंने बहुत अच्छा लगे पाउच। तो देखो मैक उनकी फ्रॉक आ, कहती मैं मैक्सी लैनी, मैं क्या छोटे बच्चों की फ्रॉक ही अच्छी लगती है, मैक्सियां नहीं अच्छी लगती। देखो आ मैं गोन लिया वा, ਕਾਫਤਾਨ ਮੇਰਾ ਗੋਨ ਸੀਗਾ ਤੇ ਉਹ ਜ਼ਰਾ ਠੀਕ ਨਹੀਂ ਸੀਗਾ, ਇਸ ਲਈ ਮੈਨੂੰ ਗੋਨ ਲਿਆ। ਦੇਖੋ 3000 ਦਾ ਇਹ ਆਇਆ, ਡਬਲ ਆ ਦੇਖੋ, ਡਬਲ ਵਾ ਇਸੇ ਲਈ, ਨਹੀਂ ਤੇ ਸਿੰਗਲ ਸੀਗਾ 1800 ਦਾ ਇੱਕ ਦਿੰਦਾ ਸੀਗਾ, ਮੈਂ ਕਿਹਾ ਨਹੀਂ ਮੈਂ ਨਹੀਂ ਡਬਲ ਲੈਣਾ ਵਾ। ਆਹ ਦੇਖੋ ਡਬਲ ਆ, ਨੀਚੇ ਆ ਵੀ ਸਾਈਡ ਉੱਪਰ ਕਰ ਸਕਦੇ ਹਾਂ ਤੇ ਵੀ ਬਲੈਕ ਵੀ। ਤੇ ਹੁਣ ਤੁਹਾਨੂੰ ਆਈਏ ਆਹ ਮੈਂ ਸਟੋਲਰ ਲਿਆ ਵਾ, ਇਹ ਚੇਂਜ ਕਰਵਾਉਣਾ ਵਾ, ਠੀਕ ਨਹੀਂ ਹੋਇਆ ਦੇਖੋ, ਬਹੁਤ ਜ਼ਿਆਦਾ ਬਰੀਕ ਸੀਗਾ ਇਸੇ ਲਈ, ਇਹਨੂੰ ਆਪਾਂ ਹੁਣ ਚੇਂਜ ਕਰਾਵਾਂਗੇ। ਤੇ ਆਹ ਹੁਣ ਮੰਮਾ ਦੇ ਕੱਪੜੇ ਆ ਗਏ, ਇਹ ਵੀ ਤੁਹਾਨੂੰ ਦਿਖਾਉਂਦੇ ਹਾਂ। ਆਹ ਮਾਸ਼ਾਅੱਲਾ ਬਹੁਤ ਪਿਆਰਾ ਸੂਟ ਆ, ਬਰਾਊਨ ਕਲਰ ਦਾ ਵਾ ਤੇ ਦੁਪੱਟਾ ਮਾਸ਼ਾਅੱਲਾ ਬਹੁਤ ਪਿਆਰਾ ਤੇ ਨਾਲ ਕਮੀਸ ਹੈ ਕਢਾਈ ਕੀਤੀ ਪੈਚਾਂ ਵਾਲੀ ਸੂਟ ਆ ਤੇ 5000 ਦਾ ਆਇਆ ਵਾ। ਇਹ ਵੀ ਮੈਂ ਲੈ ਖਰੀਦਿਆ, ਪਾਪਾ ਦੇ ਪੈਸੇ ਆਏ ਸੀਗੇ ਇਸ ਲਈ। ਆਹ ਵੀ ਮੰਮਾ ਦੀ ਇੱਕ ਡਰੈਸ ਆ, ਇਹ ਵੀ ਸਿਲਾਈ ਕਰਵਾਉਣ ਦਿੱਤੀ ਹੋਈ ਆ, ਇਹ 4500 ਦੀ ਆਈ ਆ। ਤੇ ਆਹ ਅੱਜ ਅਸੀਂ ਲੈ ਕੇ ਆਏ ਦੇਖੋ, ਆਹ ਇਹਦਾ ਦੁਪੱਟਾ ਵਾ, ਤੇ ਆਹ ਇਹਦੀ ਸ਼ਲਵਾਰ ਵਾ,
फ्रंट ते बैक आ फ्रंट वा बनी हुई है कढ़ाई की हुई देखो माशाल्लाह बहुत प्यारा अच्छा लगा था मैंने आ बैक साइड देखो आ बैक साइड आ ते ए मैं खुद पसंद किया ते बहुत अच्छा लगा मैं ये कलर क्या ज्यादा अजकल एह चल रहे ने तुझे फिर तारे शादी आ रही है मामू की आखिरी मामू तो ऐसे क्या चल अच्छी बंदे शॉपिंग कर लेते तू इंशाल्लाह शादी में शामिल करांगे मेहंदी बरात लीवा सब कुछ दिखावांगे ते हुण जिहड़े अगे असीं समान वगैरह शॉपिंग करके आवांगे वह भी तुहानूं दिखावांगे जूते वगैरह हार वगैरह टॉपस वगैरह चूड़ियां वगैरह हर चीज़ तुहानूं लिया के दिखावांगे असीं ते आख मेरी वीडियो अच्छी लगी लाइक करो सबसक्राइब करो ताकि अगली वीडियो का नोटिफिकेशन आसानी ना मेरे प्यारे भैन भरावां तक पहुँच सके तुम मैंने आपने दुआ याद किता करो प्लीज मेरी वीडियो लाइक शेयर जरूर किया करो ताकि मेरी हर आने वाली वीडियो तक पहुंच सके आज वीडियो इतने खत्म कर दें अल्लाह हाफिज़।